ਤਾ ਉਹਦੀ ਤਰਜਤੇ ਆ 72 ਕਲੀਆ ਤਰਜਤੇ ਕਿ ਇੱਕ ਹੋਰ ਮਾਰਤਾ ਜੀ ਲੱਗੀ ਸੀ ਖਬਰ ਹੋਵੇ ਕਿੰਜ ਸਬਰ ਜਿੰਨਾਂ ਦਾ ਪੁੱਤ ਸੀ ਜੋਬਨ ਦੀ ਰੁੱਤ ਸੀ ਰਾਖ ਬਣ ਰਹਿ ਗਿਆ ਇਹ ਲੀਡਰ ਲੈਂਦੇ ਨੇ ਥੋਡੇ ਤੋਂ ਲਾਹੇ ਪੰਜਾਬ ਕੋ ਰਾਹੇ ਕਿੱਧਰ ਨੂੰ ਪੈ ਗਿਆ ਉਹਨੂੰ ਚਾੜੀ ਜਾਂਦੇ ਨੇ ਤੁਹਾਨੂੰ ਚਾੜੀ ਜਾਂਦੇ ਨੇ ਇਹ ਨਵੀਂ ਪਿਉਂਦ ਪਟੇ ਵਿੱਚ ਰੌਂਦ ਰੌਂਦ ਵਿੱਚ ਮੌਤ ਹੋ ਗਿਆ ਫੌਤ ਭੈਣਾ ਦਾ ਭਾਈ ਫਿਰ ਮੀਡੀਆ ਵਾਲਿਆਂ ਨੂੰ ਕਈਆਂ ਨੇ ਦੱਸਿਆ ਛੇਤੀ ਚੱਲ ਵਸਿਆ ਨਾ ਉਮਰ ਹੰਡਾਈ ਕਰੇਬ ਇਹ ਉਹ ਸਾਰਾ ਕੁਝ ਕਰਕੇ ਪੈਸਾ ਕਿਵੇਂ ਕਿਸ ਹੱਦ ਤੱਕ ਮਰਜ਼ੀ ਜਾ ਕੇ ਪਹਿਲਾਂ ਆਪਾਂ ਪੈਸਾ ਕਮਾਉਣੇ ਆ ਫਿਰ ਉਹੀ ਪੈਸਾ ਆਪਾਂ ਦਵਾਈਆਂ ਤੇ ਲਗਾਉਂਦੇ ਕਾ ਤੋ ਪੰਨੀ ਫਿਰਦੇ ਹੋ ਪੱਲੇ ਵਿੱਚ ਲੂਣ ਨਾ ਮਿਲੇ ਸਕੂਨ ਜੀ ਬੜਾ ਜਨੂਨ ਅੱਖਾਂ ਵਿੱਚ ਖੂਨ ਕਿਉਂ ਨਹੀਂ ਟਲਦੇ ਸੋਨੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾਂ ਨਹੀਂ ਡਰਦੇ ਫੈਰ ਜੇ ਵੱਜਣ ਸਵੇ ਨੇ ਤਮਲਦੇ ਕਿਦੇ ਨਾਲ ਮੈਂ ਗੱਲ ਕਰਾਂ ਨਿੱਜੀ ਜ਼ਿੰਦਗੀ ਬਾਰੇ ਜਿਸ ਤਰੀਕੇ ਨਾਲ ਤੁਹਾਡਾ ਮੈਂ ਪਰਿਵਾਰਕ ਮੈਂਬਰ ਦੀ ਗੱਲ ਕਰਾਂ ਪਰਿਵਾਰ ਕਰਾਂ ਵੀ ਆਪਾਂ ਚੰਗੀ ਤਰ੍ਹਾਂ ਤੁਸੀਂ ਵੇਖਿਆ ਤੇ ਮੈਂ ਘਰ ਦੇ ਵਿੱਚ ਜਿਸ ਤਰ੍ਹਾਂ ਦੇ ਮੈਂ ਦੇਖਿਆ ਮਾਹੌਲ ਤੁਹਾਨੂੰ ਕਦੇ ਇਸ ਤਰ੍ਹਾਂ ਨਹੀਂ ਆਇਆ ਵੀ ਮੈਂ ਬਰਿੰਦਰ ਤੂੰ ਇਸ ਤਰੀਕੇ ਦਾ ਗੀਤ ਲਿਖਦੇ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਹੁਣ ਵੀ ਯਾਰ 2 ਰੁਪਏ ਆ ਜਾਣਗੇ ਕੋਈ ਚੰਗਾ ਗੀਤਕਾਰ ਮੈਨੂੰ ਚੰਗੇ ਰੁਪਏ ਦੇ ਦੂਗਾ ਜਾਂ ਕੋਈ ਚੰਗਾ ਕੋਈ ਡਾਇਰੈਕਟਰ ਹੁੰਦਾ ਮੈਨੂੰ ਚੰਗੇ ਰੁਪਏ ਦੂ ਵੀ ਇਸ ਤਰ੍ਹਾਂ ਦੀਆਂ ਤੂੰ ਲਿਖ ਨਹੀਂ ਦੇਖੋ ਡਾਇਰੈਕਟਰ ਜਾਂ ਇਹ ਮੈਂ ਜ਼ਰੂਰੀ ਨਹੀਂ ਕਹਿੰਦਾ ਵੀ ਗਾਇਕ ਤੇ ਡਾਇਰੈਕਟਰ ਆਏ ਮਾੜੇ ਹੀ ਹੁੰਦੇ ਐ ਕਿ ਆਪਾਂ ਵਿਲਣ ਵਜੋਂ ਉਹਨਾਂ ਨੂੰ ਦੇਖ ਲਈਏ ਉਹਨਾਂ ਵਾਸਤੇ ਲਿਖਿਆ ਜਾਂਦਾ ਪਰ ਜੇ ਉਹਨਾਂ ਵਾਸਤੇ ਲਿਖਣਾ ਗੱਲ ਹੋਰ ਆ ਇੱਕ ਤਾਂ ਤੁਸੀਂ ਮੈਨੂੰ ਕਹੋ ਬਈ ਵਿਰਿੰਦਰ ਅੱਜ ਮੈਂ ਤੁਹਾਡੀ ਇੰਟਰਵਿਊ ਕਰਨ ਆਉਣੀ ਐ ਕੋਈ ਐਹੋ ਜੀ ਚੀਜ਼ ਲਿਖ ਜਿਹਦੇ ਨਾਲ ਆਪਣੀ ਇੰਟਰਵਿਊ ਚੱਲੇ ਲੋਕ ਦੇਖਣ ਐ ਵੀ ਐਹੋ ਜਿਹਾ ਕੁਝ ਲਿਖ ਉਹ ਨਹੀਂ ਲਿਖਿਆ ਜਾਣਾ ਉਹ ਨਹੀਂ ਲਿਖਿਆ ਜਾਣਾ ਜੇ ਤੁਸੀਂ ਮੇਰੇ ਕੋਲੇ ਪਿਆਏ ਵਾਕਈ ਉਹਦੀ ਗੱਲ ਕੋਈ ਬਣਦੀ ਐ ਤੁੱਕ ਬਣਦੀ ਹਾਂ ਇੰਟਰਵਿਊ ਉਹ ਵੀ ਚੱਲ ਸਕਦੀ ਐ ਪਰ ਆਣੀ ਹੈਗਾ ਵੀ ਮਤਲਬ ਉਹ ਸਪੈਸ਼ਲ ਉਹਨਾਂ ਵਾਸਤੇ ਲਿਖਿਆ ਜਾਵੇ ਬਹੁਤ ਕੁਝ ਮੇਰੇ ਕੋਲੇ ਗੀਤ ਵੀ ਲਿਖੇ ਹੋਏ ਆ ਗਾਇਕਾਂ ਵਾਸਤੇ ਵੀ ਲਿਖੇ ਹੋਏ ਆ ਕੋਈ ਜਿਹੜੇ ਮਤਲਬ ਕਮਰਸ਼ੀਅਲ ਹੋ ਸਕਦੇ ਆ ਜਿਨ੍ਹਾਂ ਨੂੰ ਆਪਾਂ ਕਮਰਸ਼ੀਅਲ ਕਹਿ ਸਕਦੇ ਆ ਉਹ ਵੀ ਹੈਗੇ ਆ ਤੇ ਪਰ ਮੈਂ ਪੈਸੇ ਨੂੰ ਉਹ ਮੈਂ ਤਰਜੀਹ ਨਹੀਂ ਦਾ ਪੈਸੇ ਨੂੰ ਤਰਜੀਹ ਦੇਣੀ ਹੁੰਦੀ ਭਾਈ ਤੁਸੀਂ ਮੀਡੀਆ ਲਾਈਨ 'ਚ ਤੇ ਤੁਹਾਨੂੰ ਪਤਾ ਮੈਂ ਵੀ ਰਿਹਾ ਹਾਂ ਤਾਂ ਮੈਂ ਚੰਗਾ ਇੱਕ ਪੱਤਰਕਾਰ ਹੋ ਸਕਦਾ ਹੈਗਾ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਹੈ ਵੀ ਜੇ ਮੈਂ ਚਾਹੁੰਦਾ ਤਾਂ ਕਿ ਵੱਡੇ ਚੈਨਲਾਂ 'ਚ ਵੀ ਕੰਮ ਬੜਾ ਮਿਲ ਸਕਦਾ ਹੈਗਾ ਤਾਂ ਮੇਰਾ ਆਪਣਾ ਚੈਨਲ ਵੀ ਚੰਗੀ ਰੀਚ ਆ ਉਹ ਤੋਂ ਮੈਨੂੰ ਕਮਾਈ ਆ ਤੇ ਉਹ ਕਮਾਈ ਡਬਲ ਵੀ ਕਰ ਸਕਦਾ ਸੀ 트리플 ਵੀ ਕਰ ਸਕਦਾ ਸੀ ਤੇ 10 ਗੁਣਾ ਵੀ ਕਰ ਸਕਦਾ ਸੀ ਮੈਂ ਕਿਉਂਕਿ ਤੁਹਾਨੂੰ ਪਤਾ ਜਿਹੜਾ ਕੁਝ ਅੱਜਕੱਲ੍ਹ ਚੱਲਦਾ ਤੇ ਉਹ ਸਾਰਾ ਕੁਝ ਮੈਨੂੰ ਆਉਂਦਾ ਵੀ ਹੈ ਕਰਨਾ ਬਈ ਮੈਂ ਉਹੀ ਲਿਖਦਾ ਜੋ ਕੁਝ ਮਨ ਨੂੰ ਪਾਉਂਦਾ ਹੈ ਮੈਨੂੰ ਵੀ ਉੰਜ ਸਭ ਕੁਝ ਲਿਖਣਾ ਆਉਂਦਾ ਹੈ ਅਜੇ ਤੇ ਕੋਈ ਪਰਵਾਹ ਨਹੀਂ ਮੈਨੂੰ ਦੁਨੀਆ ਦੀ ਅਜੇ ਤੇ ਮੇਰਾ ਬਾਪੂ ਸਿਰ ਤੇ ਜਾਉਂਦਾ ਹੈ ਅਜੇ ਤੇ ਕੇਵਲ ਉੜਦੀਆਂ ਧੂੜਾਂ ਹੀ ਦਿਸੀਆਂ ਨੇ ਅਜੇ ਤੇ ਵੇਖੋ ਪਿੱਛੇ ਲਸ਼ਕਰ ਆਉਂਦਾ ਹੈ ਅਜੇ ਤੇ ਕੱਢਣਾ ਵਹਿਮ ਹੈ ਕਿੰਨੇ ਲੋਕਾਂ ਦਾ ਸਮਝਦੇ ਨੇ ਜੋ ਕੇਵਲ ਮਨ ਪਰਚਾਉਂਦਾ ਹੈ ਅਜੇ ਤੇ ਲਾਉਣੀ ਹੈ ਠਬੀਆਂ ਕਿੰਨੇ ਲੋਕਾਂ ਨੇ ਜਿਨ੍ਹਾਂ ਨੂੰ ਮੇਰਾ ਇੱਕ ਵੀ ਸ਼ੇਅਰ ਡਰਾਉਂਦਾ ਏ ਹੁਣ ਤਾਂ ਬੂਹੇ ਭੇੜ ਕੇ ਡੱਕਿਆ ਜਾਣਾ ਨਹੀਂ ਅੱਜ ਕੱਲ ਔਲਖ ਸੁਪਨੇ ਵਿੱਚ ਵੀ ਆਉਂਦਾ ਏ ਮੈਂ ਲਿਖਿਆ ਸੀ ਕਿ ਉਹੀ ਲਿਖਦਾ ਜੋ ਕੁਝ ਮਨ ਨੂੰ ਪਾਉਂਦਾ ਏ ਮੈਨੂੰ ਵੀ ਉੰਜ ਸਭ ਕੁਝ ਲਿਖਣਾ ਆਉਂਦਾ ਲਿਖਣਾ ਸਾਰਾ ਕੁਝ ਹੀ ਆਉਂਦਾ ਵੀ ਇਹ ਨਹੀਂ ਕਿ ਵੀ ਮੈਨੂੰ ਉਹ ਲਿਖਣਾ ਨਹੀਂ ਆਉਂਦਾ ਮੈਂ ਤਾਂ ਨਹੀਂ ਲਿਖਦਾ ਉਹ ਤਾਂ ਸਗੋਂ ਸੌਖਾ ਏ ਇਹਦੇ ਨਾਲੋਂ ਲਿਖਣਾ ਉਹ ਕਿਉਂਕਿ ਬਹੁਤ ਸੌਖਾ ਤੁਹਾਨੂੰ ਵੀ ਪਤਾ ਹੈ ਖਬਰਾਂ 'ਚ ਵੀ ਐਵੇਂ ਹੀ ਐ ਵੀ ਇੱਕ ਖਬਰ ਤੇ ਤੁਸੀਂ ਇੰਨੀ ਮਿਹਨਤ ਕਰਕੇ ਮੇਰੀ ਇੰਟਰਵਿਊ ਕੀਤੀ ਹੈ ਹਨਾ ਤੁਸੀਂ ਇੰਨੀ ਦੂਰ ਆਏ ਇੱਕ ਤੁਸੀਂ ਉੱ ਜਾਂ ਕਿ ਸਾਨੂੰ ਗਲਪਵਾ ਲਉ ਆਪਦੇ ਜਾਂ ਮੰਨ ਲਓ ਤੁਹਾਡਾ ਕਿਸ ਨੇ ਮਾਈਕ ਖੋ ਲਿਆ ਉਹ ਰੌਲਾ ਜਾਂ ਪਵਾਦਣਾ ਐਵੇਂ ਪਹਿਲਾਂ ਤਾਂ ਉਹਨੂੰ ਇਰੀਟੇਟ ਕਰੋ ਵੀ ਮੇਰਾ ਮਾਈਕ ਖੋ ਹੈਨਾ ਤਾਂ ਉਹ ਫਿਰ ਮਾਈਕ ਖੋਊਗਾ ਤੁਹਾਡਾ ਫਿਰ ਉਹਦੀ ਖਬਰ ਬਣੂਗੀ ਇੱਕ ਤਾਂ ਉਹ ਖਬਰ ਉਹ ਚੱਲੂ ਉਹ ਜ਼ਿਆਦਾ ਤੇ ਇੱਕ ਤੁਸੀਂ ਇੰਨੀ ਦੂਰ ਇੰਨੀ ਤਰਦਦ ਕੀਤੀ ਇੰਨੀ ਮਿਹਨਤ ਕੀਤੀ ਇੱਥੇ ਤੁਸੀਂ ਆਏ ਹੋ ਇੱਕ ਇਹ ਬਣਾਈ ਲੋਕਾਂ ਨੂੰ ਵੀ ਉਹ ਪਸੰਦ ਆਉਂਦਾ ਕਿਤੇ ਨਾ ਕਿਤੇ ਪਰ ਲੰਮਾ ਨਹੀਂ ਚੱਲ ਸਕਦਾ ਬੰਦਾ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਲੰਮਾ ਨਹੀਂ ਬੰਦਾ ਚੱਲਦਾ ਇਸ ਚੀਜ਼ ਤੇ ਪਹਿਲਾਂ ਆਪਾਂ ਪੈਸਾ ਕਮਾਉਨੇ ਆ ਜੀ ਪਹਿਲਾਂ ਆਪਾਂ ਪੈਸਾ ਕਮਾਉਣੇ ਕਿਸੇ ਵੀ ਜਾਨੀ ਕਿ ਝੂਠ ਫਰੇਵ ਇਹ ਉਹ ਸਾਰਾ ਕੁਝ ਕਰਕੇ ਪੈਸਾ ਕਿਵੇਂ ਕਿਸ ਹੱਦ ਤੱਕ ਮਰਜ਼ੀ ਜਾ ਕੇ ਪਹਿਲਾਂ ਆਪਾਂ ਪੈਸਾ ਕਮਾਉਣੇ ਆ ਫਿਰ ਉਹੀ ਪੈਸਾ ਆਪਾਂ ਦਵਾਈਆਂ ਤੇ ਲਾਉਣੇ ਆ ਖੀਰੀ ਉੱਥੇ ਹੀ ਆ ਜਾਂਦਾ ਕੰਮ ਇਹ ਸਾਰਾ ਪੈਸਾ ਉਹ ਆਪਾਂ ਦਵਾਈਆਂ ਤੇ ਲਾਉਣੇ ਤਾਂ ਸਕੂਨ ਇੱਕ ਬਰਿੰਦਰ ਕੋਈ ਨਵਾਂ ਹੁਣ ਨੌਜਵਾਨੀ ਨੂੰ ਲੈ ਕੇ ਕੁਝ ਲਿਖਿਆ ਹੋਵੇ ਹਾਂ ਮੌਜੂਦਾ ਹਾਲਾਤਾਂ ਨੂੰ ਲੈ ਕੇ ਕਿਵੇਂ ਨਾ ਬੱਤਰ ਕੜੀਆ ਲਿਖਿਆ ਸੀਗਾ ਸ਼ੰਦ ਕਿਉਂਕਿ ਮੈਨੂੰ ਸ਼ੰਦਾਂ ਦਾ ਬੜਾ ਰਹਿੰਦਾ ਹੈ ਮੈਂ ਸ਼ੰਦਾਂ ਬੰਦੀ ਜਿਆਦਾ ਲਿਖਦਾ 72 ਕਲੀਆ ਸ਼ਾਮ ਸੀਗਾ ਪਹਿਲਾ ਬਾਬੂ ਰਜਬਲੀ ਜੀ ਨੇ ਦੀ ਕਾਰਡ ਹੈ 72 ਕਲੀਆ ਛੰਦ ਮਾਂ ਦੇ ਮਖਣੀ ਖਾਣੇ ਹੋਏ ਸਾਰਿਆਂ ਨੇ ਸੁਣਿਆ ਹੋਊਗਾ ਤਾਂ ਉਹਦੀ ਤਰਜਤੇ ਆ 72 ਕਲੀਆ ਤਰਜਤੇ ਕਿ ਇੱਕ ਹੋਰ ਮਾਰਤਾ ਜੀ ਲੱਗੀ ਸੀ ਖਬਰ ਹੋਵੇ ਕਿੰਜ ਸਬਰ ਜਿੰਨਾਂ ਦਾ ਪੁੱਤ ਸੀ ਜੋਬਨਦੀ ਰੁੱਤ ਸੀ ਰਾਖ ਬਣ ਰਹਿ ਗਿਆ ਇਹ ਲੀਡਰ ਲੈਂਦੇ ਨੇ ਤੁਹਾਡੇ ਤੋਂ ਲਾਹੇ ਪੰਜਾਬ ਕੋ ਰਾਹੇ ਕਿੱਧਰ ਨੂੰ ਪੈ ਗਿਆ ਕਾਤੋਂ ਬੰਨੀ ਫਿਰਦੇ ਹੋ ਪੱਲੇ ਵਿੱਚ ਲੂਨ ਨਾ ਮਿਲੇ ਸਕੂਨ ਜੀ بڑا ਜਨੂਨ ਅੱਖਾਂ ਵਿੱਚ ਖੂਨ ਕਿਉਂ ਨਹੀਂ ਟਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਵਾਂ ਨਹੀਂ ਡਰਦੇ ਫੇਰ ਜੇ ਵੱਜਣ ਸਵੇ ਨੇ ਤਬਲਦੇ ਕਿ ਸੌ ਖਾ ਕੇ ਮੁਕਰ ਗਏ ਦੇਸ਼ ਦੇ ਰਾਜੇ ਯਾਦ ਜੇ ਆਜੇ ਕੱਸ ਦਿਓ ਪੇਚ ਝੱਗੇ ਦਾ ਮੇਚ ਤੁਸੀਂ ਵੀ ਲੈ ਲਓ ਜਿਹੜੇ ਲੁੱਟਦੇ ਲੋਕਾਂ ਨੂੰ ਮਾਰਦੇ ਠੱਗੀਆਂ ਪਾੜਦੇ ਹੋ ਝੱਗੀਆਂ ਉਹਨਾਂ ਨਾਲ ਖੈਰੋ ਕਿ ਤੁਹਾਨੂੰ ਵੇਚ ਹੀ ਜਾਂਦੇ ਨੇ ਤਹਾਨੂੰ ਵੇਚੀ ਜਾਂਦੇ ਨੇ ਸਿਰਾਂ ਦੇ ਉੱਤੇ ਆ ਬਠਾਲੇ ਕੁੱਤੇ ਆ ਮਾਰਦੇ ਜੁੱਤੇ ਆ ਲੋਕ ਪੈ ਸੁੱਤੇ ਆ ਜਮਾਂ ਨਹੀਂ ਹਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾਂ ਨਹੀਂ ਡਰਦੇ ਫੇਰ ਜੇ ਵੱਜਣ ਸਵੇ ਨੇ ਤਬਲਦੇ ਫੇਰ ਜੇ ਵੱਜਣ ਸਵੇ ਨੇ ਤਬਲਦੇ ਕਿ ਤੁਹਾਨੂੰ ਚਾੜੀ ਜਾਂਦੇ ਨੇ ਤੁਹਾਨੂੰ ਚਾੜੀ ਜਾਂਦੇ ਨੇ ਇਹ ਨਵੀਂ ਪਿਉਂਦ ਪਟੇ ਵਿੱਚ ਰੌਂਦ ਰੌਂਦ ਵਿੱਚ ਮੌਤ ਹੋ ਗਿਆ ਫੌਤ ਪੈਣਾ ਦਾ ਭਾਈ ਫਿਰ ਮੀਡੀਆ ਵਾਲਿਆਂ ਨੂੰ ਕਈਆਂ ਨੇ ਦੱਸਿਆ ਛੇਤੀ ਚੱਲ ਵਸਿਆ ਨਾ ਉਮਰ ਹੰਡਾਈ ਫਿਰ ਮੀਡੀਆ ਵਾਲਿਆਂ ਨੂੰ ਕਈਆਂ ਨੇ ਦੱਸਿਆ ਛੇਤੀ ਚੱਲ ਵਸਿਆ ਨਾ ਉਮਰ ਹੰਡਾਈ ਪੈਂਦਾ ਅਸਰ ਗਾਣਿਆਂ ਦਾ ਮੰਨੋ ਨਾ ਮੰਨੋ ਮੇਰੇ ਉਹ ਚੰਨੋ ਪੈਂਦਾ ਅਸਰ ਗਾਣਿਆਂ ਦਾ ਮੰਨੋ ਨਾ ਮੰਨੋ ਮੇਰੇ ਉਹ ਚੰਨੋ ਤੁਹਾਨੂੰ ਅਕਸਾਉਂਦੇ ਗੀਤ ਜੋ ਗਾਉਂਦੇ ਪੈਂਦਾ ਅਸਰ ਗਾਣਿਆਂ ਦਾ ਮੰਨੋ ਨਾ ਮੰਨੋ ਮੇਰੇ ਉਹ ਚੰਨੋ ਗੀਤ ਜੇ ਗਾਉਂਦੇ ਤੁਹਾਨੂੰ ਅਕਸਾਉਂਦੇ ਜੋ ਹਰ ਥਾਂ ਚੱਲਦੇ ਸੋਨੂੰ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾਂ ਨਹੀਂ ਡਰਦੇ ਫੇਰ ਜੇ ਵੱਜਣ ਸਿਵੇ ਨਤ ਬਲਦੇ ਕਿ ਹੁੰਦੀ ਸਦਾ ਗੱਭਰੂ ਹੋਵੇ ਅੰਨੀ ਤੇ ਬੋਲੀ ਬੰਦੂਕ ਦੀ ਗੋਲੀ ਹੁੰਦੀ ਸਦਾ ਗੱਭਰੂ ਹੋਵੇ ਅੰਨੀ ਤੇ ਬੋਲੀ ਬੰਦੂਕ ਦੀ ਗੋਲੀ ਨਾ ਸੁਣਦੀ ਵੈਣ ਚੇਤੇ ਨਾਲ ਰਹਿਣ ਪਿੱਛੇ ਘਰ ਵਾਲੇ ਕਿਉਂ ਚੌਧਰ ਬਾਜੀ ਦੀ ਚੜੇੋਂ ਰਾਤ ਤੇ ਕਿੰਨੇ ਘਰ ਪਾਟ ਤੇ ਕਿੰਨੇ ਪੁੱਤ ਖਾਲੇ ਕਿਉਂ ਚਾ ਉਧਰ ਬਾਜੀ ਦੀ ਚੜੇ ਰੱਟ ਤੇ ਕਿੰਨੇ ਘਰ ਪਟ ਤੇ ਕਿੰਨੇ ਪੁੱਤ ਖਾਲੇ ਔਲਖ ਦੇ ਚੁਬੀਆਂ ਨੇ ਚੋਬਾਂ ਇਹ ਤਿੱਖੀਆਂ ਤਾਈਓ ਤਾਂ ਲਿਖੀਆਂ ਗੱਲਾਂ ਸਭ ਸੱਚ ਨੇ ਜਿਹੜੇ ਗਏ ਬੱਚ ਨੇ ਨਾਲ ਨਹੀਂ ਰਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾਂ ਨਹੀਂ ਡਰਦੇ ਫਿਰ ਜੇ ਵੱਜਣ ਸੇਵੇਂ ਨਤਵਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾਂ ਨਹੀਂ ਡਰਦੇ ਇਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਆ ਤੁਸੀਂ ਉਸ ਤਰ੍ਹਾਂ ਲਿਖ ਦਿੰਨੇ ਹੋ ਜੀ ਇਹ ਜਿਹੜਾ ਲਿਖਣ ਦਾ ਸੁਭਾਅ ਕਿਤੇ ਇਹ ਤੁਸੀਂ ਪਹਿਲਾਂ ਵੀ ਦੱਸਿਆ ਜਿਸ ਤਰੀਕੇ ਨਾਲ ਰੋਜ਼ ਹੁਣ ਪੰਜਾਬ ਦੇ ਵਿੱਚ ਕਟਨਾ ਬਾਪਰਦੀਆਂ ਨੇ ਇਹ ਅਚਾਨਕ ਉਸ ਦਿਨ ਹੀ ਲਿਖ ਦਿੰਦੇ ਹੋ ਕਿ ਫਿਰ ਉਸ ਦੇ ਉੱਤੇ ਸਰਚ ਕਰਦੇ ਹੋ ਫਿਰ ਲਿਖਦੇ ਹੋ ਬਿਲਕੁਲ ਇਹ ਨਾ yatharth ਦੇ ਮੇਰੀ ਜਿਆਦਾ ਨੇੜੇ ਹੋਗੇ ਕਿਉਂਕਿ ਵੈਸੇ ਆਮ ਕਰਕੇ ਕਵਤਾ ਹੁੰਦੀ ਜਿਆਦਾਤਰ ਕਲਪਨਾ ਤੇ ਆਧਾਰਤ ਬ ਆਮ ਜਿਹੜੀ ਲਿਖੀ ਜਾਂਦੀ ਹੈ ਨਾ ਉਹੀ ਸਵਾਲ ਤੌਨੂੰ ਕੀਤਾ ਲੱਕ ਕੋਕ ਦੀ ਬੋਤਲ ਵਰਗਾ ਤੇਰੀਆਂ ਅੱਖਾਂ ਫਲਾਨੀ ਵਰਗੇ ਵੈਸੇ ਉਹ ਤੁਲਨਾ ਕਰਨਾ ਇਹ ਇੱਕ ਹੈਗਾ ਇਹ ਵੀ ਇੱਕ ਕਲਾਕਾਰੀ ਹੈ ਇਹ ਕਰਨਾ ਵੀ ਇਹ ਅਲੰਕਾਰ ਹੁੰਦੇ ਆ ਵਿਲੰਕਾਰਾਂ ਨਾਲ ਸ਼ਿੰਗਾਰਨਾ ਉਹਦੇ ਵਿੱਚ ਵੀ ਕਿਵੇਂ ਤੁਸੀਂ ਵਰਤਣਾ ਪਰ ਮੈਂ ਇਸ ਨੂੰ ਇਸ ਤਰੀਕੇ ਨਾਲ ਵਰਤ ਲੈਣਾ ਮੈਂ ਯਥਾਰਥ ਲੈ ਕੇ ਜਿਹੜੀ ਚੀਜ਼ ਹੈਗੀ ਹੈ ਉਹੀ ਲਿਖਦਾ ਮੈਂ ਮੈਂ ਇਹਨੂੰ ਇਦਾਂ ਲਿਖਦਾ ਹਾਂ ਹੁਣ ਹੋਰ ਕੋਈ ਨਾਵਾ ਕੁਝ ਲਿਖਿਆ ਹੋਵੇ ਜਾਂਦੇ ਜਾਂਦੇ ਕਿਉਂਕਿ ਸਮਾਂ ਵੀ ਸਾਨੂੰ ਇਜਾਜ਼ਤ ਨਹੀਂ ਦਿੰਦਾ ਹੋਰ ਕੁਝ ਨਾਵਾ ਲਿਖਿਆ ਹੋਵੇ ਹਾਂ ਦਿਲ ਤਾਂ ਬੜੀਆਂ ਕਹਿਣ ਨੂੰ ਫਿਰਦਾ ਹੈ ਹਰ ਗੱਲ ਕਿੱਥੇ ਕਹਿ ਹੁੰਦੀ ਹੈ ਦਿਲ ਤਾਂ ਬੜੀਆਂ ਕਹਿਣ ਨੂੰ ਫਿਰਦਾ ਹਰ ਗੱਲ ਕਿੱਥੇ ਕਹਿ ਹੁੰਦੀ ਹੈ ਆਸ਼ਕ ਦੀ ਹੋਣੀ ਤਾਂ ਮਿੱਤਰਾ ਪਹਿਲਾਂ ਤੋਂ ਹੀ ਤੈਹ ਹੁੰਦੀ ਹੈ ਉਹ ਆਸ਼ਕ ਕਿਸੇ ਤਰ੍ਹਾਂ ਦਾ ਵੀ ਹੋਵੇ ਜਿਹੜੇ ਸੱਚ ਬੋਲਦੇ ਉਹਨਾਂ ਦਾ ਪਹਿਲਾਂ ਹੀ ਪਤਾ ਹੁੰਦਾ ਵੀ ਇਹ ਕਿੰਨੇ ਕਿਚੜ ਦੇ ਮਹਿਮਾਨ ਤੁਸੀਂ ਪਹਿਲਾਂ ਆਪਾਂ ਆਫ ਦੀ ਰਿਕਾਰਡ ਗੱਲ ਦੀਪ ਸਿੱਧੂ ਬਾਰੇ ਕਰ ਰਹੇ ਸੀ ਨਾ ਕਿ ਦਿਲ ਤਾਂ ਬੜੀਆਂ ਕਹਿਣ ਨੂੰ ਫਿਰਦਾ ਹਰ ਗੱਲ ਕਿੱਥੇ ਕਹਿ ਹੁੰਦੀ ਐ ਆਸ਼ਕ ਦੀ ਹੋਣੀ ਤਾਂ ਮਿੱਤਰਾਂ ਪਹਿਲਾਂ ਤੋਂ ਹੀ ਤੈਹ ਹੁੰਦੀ ਐ ਕਿ ਉਹ ਤੇ ਉਹ ਸੀ ਉਹ ਤੇ ਉਹ ਸੀ ਉਹਦੇ ਵਰਗਾ ਅੱਜ ਤਾਈਂ ਕੋਈ ਹੋਇਆ ਨਹੀਂ ਆਉਣੇ ਜਾਣੇ ਬਹੁਤ ਸਿਆਣੇ ਉਹਦੀ ਥਾਂ ਨਹੀਂ ਲੈ ਹੁੰਦੀ ਐ ਉਹ ਤੇ ਉਹ ਸੀ ਉਹਦੇ ਵਰਗਾ ਅੱਜ ਤਾਈਂ ਕੋਈ ਮਿਲਿਆ ਨਹੀਂ ਆਉਣੇ ਜਾਣੇ ਬਹੁਤ ਸਿਆਣੇ ਉਹਦੀ ਥਾਂ ਨਹੀਂ ਲੈ ਹੁੰਦੀ ਐ ਕਿ ਦਿਲ ਤਾਂ ਬੜੀਆਂ ਕਹਿਣ ਨੂੰ ਫਿਰਦਾ ਹਰ ਗੱਲ ਕਿੱਥੇ ਕਹਿ ਹੁੰਦੀ ਐ ਆਸ਼ਕ ਦੀ ਹੋਣੀ ਤਾਂ ਮਿੱਤਰਾਂ ਪਹਿਲਾਂ ਤੋਂ ਹੀ ਤੈਹ ਹੁੰਦੀ ਐ ਕਿ ਅ ਦਿਲ ਦਾ ਚੰਨਾ ਛਲਕ ਹੀ ਜਾਂਦਾ ਹੰਝੂਆਂ ਦਾ ਫਿਰ ਮੀਂਹ ਵਰਦਾ ਏ ਦਿਲ ਦਾ ਚੰਨਾ ਛਲਕ ਹੀ ਜਾਂਦਾ ਹੰਝੂਆਂ ਦਾ ਫਿਰ ਮੀਂਹ ਵਰਦਾ ਏ ਦਰਦਾਂ ਦੇ ਨਾਲ ਜਦ ਕਦੇ ਵੀ ਯਾਦ ਦੀ ਬਦਲੀ ਖੈ ਹੁੰਦੀ ਏ ਦਿਲ ਤਾਂ ਬੜੀਆਂ ਕਹਿਣ ਨੂੰ ਫਿਰਦਾ ਹਰ ਗੱਲ ਕਿੱਥੇ ਕਹਿ ਹੁੰਦੀ ਏ ਆਸ਼ਕ ਦੀ ਹੋਣੀ ਤਾਂ ਮਿੱਤਰਾਂ ਪਹਿਲਾਂ ਤੋਂ ਹੀ ਤੈਹ ਹੁੰਦੀ ਏ ਵੀ ਕਈ ਚੀਜ਼ਾਂ ਹੁੰਦੀਆਂ ਉਹ ਛਲਕ ਜਾਂਦਾ ਬੰਦਾ ਸ਼ਾਇਰ ਬੰਦਾ ਖਾਸ ਕਰਕੇ ਛਲਕ ਜਾਂਦਾ ਤੇ ਦਿਲ ਬਹੁਤ ਕੁਝ ਕਹਿਣ ਨੂੰ ਫਿਰਦਾ ਪਰ ਇੱਕ ਇੰਟਰਵਿਊ ਦੇ ਸਾਰਾ ਕੁਝ ਨਹੀਂ ਕਹਿ ਆ ਜਾਂਦਾ ਤੁਹਾਡਾ ਵੀ ਧੰਨਵਾਦ ਤੇ ਬਹੁਤ ਕੁਝ ਸ਼ਾਨਦਾਰ ਸੀਗਾ ਇੱਕ